नंगल के करीबी पिंड नीकू नंगल विखे एक नौजवान नू कुछ लोगों द्वारा गोली मार दी गई सी ते जिसनु जेरे इलाज चंडीगढ़ लई रेफर कर दिता गया सी। नीकू नंगल दा अनिल कुमार उर्फ विक्की तीन दिन जिंदगी अते मौत दी लड़ाई लड़दा रहा, पर अज सवेरे उसने अपने आखिरी साह ले। इस तों बाद पूरे पिंड दे विच सोग दी लहर फैल गई। दुखी मन नाल उन्होंने मीडिया नू जानकारी दिंदे होए दस्सिया कि जदों तक उन्होंने परिवार नू इंसाफ नहीं मिलेगा उदों तक उह अंतिम संस्कार नहीं करनगे। आओ थोनों सुनाने हैं की कहना है पीड़ित परिवार। असी क्या चलो असी फंक्शन खराब नहीं करते, चलो ठीक है कीता नहीं हैगा, कोई गल नहीं हैगी कि असी देख लूंगे, छड़ो परे गलबात एक गल हुई जी। फिर हुन ये फिर मेरा बेटा जी दुकान ते उत्थे जांदा साडा अपनी साडी हैगी उत्थे दुकान, उत्थे दुकान बंद करन लग्या जी। उत्थे हैरी आया हुना थल्ले ते उन्हें हैरी ने इनू हाँ जी क्या करदा तू कहिंदा इदां बस इन्हें जी उत्थे लड़ाई झगड़ा शुरू किया। फिर इन्हें कहता जिदा तेरे पेद कृपान भाई तो तेरे भी मारूंगा। फिर जो आके गोल चक्कर चो बिकी हुई तो आंद कहते हाँ चाचा मैंने तो वैसा करता है आंदे आंदे। फिर जी उसे लड़ाई झगड़ा इन्हों तो कुछ होया बड़े बंदे दा इस चीज दे पिछे हाथ है। इस चीज दा सानू जवाब चाहिदा कि किहदी शह पर सब कुछ हो रहा है। असीं इहदा नाम नहीं किसे दा लै सकदे, पर सानू इस चीज दा सानू इंसाफ चाहिदा। सानू पता करके दस्सो इहदा दे कंडीशन च नहीं है कि ओह जिहड़ी रिवॉल्वर उहनां कोल कित्थों आई। कोई लाइसेंसी रिवॉल्वर तां उहनां कोल है नहीं सी। अक्सर ओह रिवॉल्वर किसे दी शह पर चलाई गई उह जे इलेक्शन जीते आ पिंड विच अपने दम ते जीते इहदा मतलब इहदा नहीं कुछ बंदे नूं गोली मारती जावे। हैरी किस पार्टी नूं बिलोंग करदा है? हाडी हैरी कांग्रेस पार्टी नूं बिलोंग करदा जी। चिट्टे चुट्टा भी बच्चे नशे पर उन्हें बहुत लगाए है जी। लोकल पुलिस ने सानू कोई सपोर्ट नहीं है जी। लोकल पुलिस ने साडा हमेशा धक्का कीता, सानू कोई सपोर्ट नहीं मिली। पहले केस भी नहीं मिली, हुण भी नहीं मिल रही। ਹੁਣ ਤਾਂ ਬੰਦਿਆਂ ਦੇ ਪੱਟੇ ਵੀ ਸਾਨੂੰ ਦੱਸੋ ਅਕਸਰ ਪਿੰਡ ਦੇ ਵਿੱਚ ਗੋਲੀ ਚੱਲੀ ਹੈ, ਇੱਕ ਇਨਸਾਨ ਇਸ ਟਾਈਮ ਮਰ ਗਿਆ ਹੈ। ਤੁਸੀਂ ਇਹ ਦੱਸੋ ਕਿ ਪੁਲਿਸ ਨੇ ਕੀ ਕੀਤਾ ਹੈ ਹੁਣ ਤੱਕ? 17 ਤਰੀਕ ਤੋਂ ਲੈ ਕੇ ਅੱਜ ਹੁਣ ਤੱਕ ਕੀ ਕੀਤਾ ਉਹਨਾਂ ਨੇ ਸਾਨੂੰ ਇਹ ਦੱਸੋ ਕੀ ਕੀਤਾ, ਕਿ ਕਿਆ ਉਹਨਾਂ ਪਰ ਧਾਰਾ ਲਾਈਆਂ ਗਈਆਂ, ਕਿਆ ਉਹਨਾਂ ਦੀ ਫੈਮਿਲੀਜ਼ ਚੱਕੀ ਗਈ ਹੈ, ਕਿਹੜੀ ਕਿਹੜੀ ਧਾਰਾ ਉਹਨਾਂ ਪਰ ਲਾਈ ਗਈ ਹੈ, ਆਰਮਸ ਐਕਟ ਦੀ ਲਾਈ ਗਈ ਹੈ ਉਹਨਾਂ ਪਰ ਧਾਰਾ। ਸਾਨੂੰ ਇਸ ਚੀਜ਼ ਦਾ ਸਾਨੂੰ ਪੂਰਾ ਇਨਸਾਫ ਚਾਹੀਦਾ ਹੈ ਜੀ। ਸਾਡਾ ਇੱਕ ਬੰਦਾ ਡੈਡ ਹੋਇਆ, ਮੇਰੇ ਸਿਰ ਪਰੋਂ, ਮੇਰੇ ਪਰਿਵਾਰ ਪਾਲਣ ਵਾਲਾ ਮੇਰੇ ਸਿਰ ਪਰੋਂ ਚਲਾ ਗਿਆ। ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਹੁਣ। ਕਾਨੂੰਨ ਮੇਰੀ ਪੂਰੀ ਹੈਲਪ ਕਰੇ, ਮੈਂ ਕਹਿੰਦੀ ਹਾਂ ਕਾਨੂੰਨ ਮੈਨੂੰ ਇਸ ਚੀਜ਼ ਦਾ ਇਨਸਾਫ ਦਵਾਏ, ਮੈਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਪਰ ਕਿਹੜੇ ਕਿਹੜੇ ਐਕਟ ਲਾਏ ਗਏ ਹੈ, FIR ਦੀ ਸਾਨੂੰ ਕਾਪੀ ਵਗੈਰਾ ਦਿੱਤੀ ਜਾਵੇ। ਜੇ ਕੋਈ ਉੱਥੇ ਪੇਸ਼ ਹੋਇਆ ਜਾਂ ਕੋਈ ਮੁਜਰਮ ਪੇਸ਼ ਹੋਇਆ ਤਾਂ ਉਹਦੀ ਸਾਨੂੰ ਸਟੇਟਮੈਂਟ ਦਿੱਤੀ ਜਾਵੇ, ਉਹਨੇ ਕੀ ਸਟੇਟਮੈਂਟ ਦਿੱਤੀ ਹੈ ਉਹਦੇ। ਹੁਣ ਤੱਕ ਪੁਲਿਸ ਨੇ ਤੁਹਾਨੂੰ ਕੁਛ ਵੀ ਨਹੀਂ, ਹਾਲੇ ਤੱਕ ਸਾਡੇ ਤੱਕ ਕੋਈ ਕਾਰਵਾਈ ਨਹੀਂ ਪਹੁੰਚੀ ਜੀ। ਸਾਨੂੰ ਕੁਛ ਨਹੀਂ ਦੱਸਿਆ ਕਿ ਕੀ ਹੋਇਆ ਕੀ ਨਹੀਂ ਹੋਇਆ ਜੀ। ਪੁਲਿਸ ਇੱਥੇ ਤੁਹਾਡੇ ਘਰ ਆਈ, ਬਿਆਨ ਬੂਨ ਹੋਏ ਕਿਸੇ ਦੇ? ਨਹੀਂ, ਮੈਂ ਤਾਂ ਅੱਜ ਹਸਪੀਟਲ ਤੋਂ ਆਈ ਹਾਂ ਜੀ, ਮੈਨੂੰ ਪਤਾ ਨਹੀਂ ਹੈ ਕਿ ਪਿੱਛੋਂ ਕੋਈ ਆਇਆ ਕਿ ਨਹੀਂ ਹੋਇਆ, ਪਰ ਸਾਡੇ ਮੇਰੇ ਸਾਡੇ ਹਲੇ ਕੋਈ ਬਿਆਨ ਨਹੀਂ ਸਾਡੇ ਹੋਏ ਜੀ। ਇਹਦੇ ਵਕਤ ਮੈਂ ਤੁਹਾਨੂੰ ਦੱਸਦਾ, ਇਹ 13307 ਲਾਈ ਜੀ ਉਹਨੇ। ਤੁਸੀਂ ਮੈਨੂੰ ਦੱਸੋ ਕਿ ਸਿਰਫ 13307 ਹੀ ਲਗਾਈ ਜਾਣੀ ਚਾਹੀਦੀ ਹੈ, ਬਾਕੀ ਧਾਰਾ ਕਿੱਥੇ ਗਈਆਂ ਸਰ? ਇੱਕ ਫਿਰ ਮੈਨੂੰ ਬਿੱਲ ਬੋਲੋ, 13307 ਲਾਈ ਵੀ ਜੀ ਇਹ ਕੱਲ੍ਹ ਦੀ ਪਰਸੋਂ ਦੀ ਨਹੀਂ, ਅੱਜ 13302 ਲਾਤੀ। और जिन्ने ਲਿਖ ਕੇ ਦਿੰਦੀ ਹੈ ਕੁਛ ਵੀ ਹੈ, ਅਸੀਂ ਤਾਂ ਉਹਦੇ ਬਾਅਦ ਕਰਨਾ। ਹਾਂਜੀ, ਅਸੀਂ ਸੰਸਕਾਰ ਬਿਲਕੁਲ ਨਹੀਂ ਕਰਾਂਗੇ ਜੀ।
ਜਦੋਂ ਤੱਕ ਮੈਨੂੰ ਪੂਰਾ ਇਸ ਚੀਜ਼ ਦਾ ਇਨਸਾਫ ਨਹੀਂ ਮਿਲਦਾ ਮੈਂ ਬਿਲਕੁਲ ਆਪਣੇ ਹਸਬੰਡ ਦੇ ਸੰਸਕਾਰ ਨਹੀਂ ਹੋਣ ਦਊਂਗੀ ਗੁਨਾਹਗਾਰ ਅੰਦਰ ਨਹੀਂ ਹੁੰਦੇ ਉਹ ਗੁਨਾਹਗਾਰ ਅੰਦਰ ਕੀਤੇ ਜਾਣ ਸਾਰੇ ਜਿੰਨੇ ਵੀ ਇਹਦੇ ਵਿੱਚ ਇਨਵੋਲਵ ਹੈ ਜੀ ਸਾਰੇ ਤੇ ਉਹਨਾਂ ਪਰ ਜਿੰਨੀਆਂ ਵੀ ਤਾਰਾਂ ਲਗਾਈਆਂ ਜਾਂਦੀਆਂ ਸਾਨੂੰ ਵੀ ਸ਼ੋਅ ਕੀਤੀਆਂ ਜਾਣ ਸਾਨੂੰ ਸਭ ਕੁਝ ਦੱਸਿਆ ਜਾਵੇ ਉਹਨਾਂ ਨਾਲ ਕੀ ਕੀਤਾ ਕੀ ਰਿਟਰਨ ਚੋਂ ਕੀ ਕਰਿਆ ਕਰਦੇ ਹੋਰ ਸਾਨੂੰ ਹਰੇਕ ਚੀਜ਼ ਦਾ ਪਤਾ ਚਾਹੀਦਾ ਸਾਨੂੰ ਜਦੋਂ ਗੁਨਾਹਗਾਰ ਪਕੜੇ ਜਾਣਗੇ ਉਸ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਏਗਾ ਜੀ ਹਾਂਜੀ ਗੁਨਾਹਗਾਰ ਪਕੜੇ ਜਾਣ ਤੋਂ ਬਾਅਦ ਔਰ ਉਹਨਾਂ ਪਰ ਜਿਹੜਾ ਕੇਸ ਲੱਗੂਗਾ ਤਾਰਾਂ ਲੱਗਣਗੀਆਂ ਸਹੀ ਤਾਰਾਂ ਲੱਗੇ ਜੋ ਜਾਇਜ਼ ਹੋਵੇ ਇਹ ਸਾਨੂੰ ਦੱਸਣਗੇ ਸਾਨੂੰ ਕਿੰਨੇ ਦਿਨ ਦੇ ਵਿੱਚ ਵਿੱਚੋਂ ਪਕੜ ਕੇ 10 ਕਿੰਨੇ ਦਿਨ ਚ ਸਾਨੂੰ ਕਰਕੇ ਰਿਟਰਨ ਚ ਲਿਖ ਕੇ ਦੇਣ ਸਾਨੂੰ ਕਿੰਨੇ ਦਿਨ ਦੇ ਵਿੱਚ ਵਿੱਚ ਫੜਨਗੇ ਉਹ ਜੀ ਅਦਰਵਾਈਜ਼ ਅਸੀਂ ਚੱਕਾ ਜਾਮ ਕਰਾਂਗੇ ਜੀ ਜਿਸ ਦਿਨ ਵਾਰਦਾਤ ਹੋਈ ਕਿੰਨੇ ਲੋਕ ਸੀਗੇ ਜਿਨੀ ਵਾਰਦਾਤ ਕੀਤੀ ਹੈ ਜੀ ਤਿੰਨ ਲੋਕ ਸੀ ਜੀ ਤੁਸੀਂ ਤਿੰਨਾਂ ਦੇ ਨਾਮ ਲਿਖਾ ਦਿੱਤੇ ਹੈ ਜੀ ਤਿੰਨਾਂ ਦੇ ਨਾਮ ਮੈਨੂੰ ਪਤਾ ਨਹੀਂ ਜੀ ਪਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਵੀ ਇਹ ਕੌਣ ਕੌਣ ਸੀਗੇ ਕੌਣ ਕੌਣ ਸੀ ਇੱਕ ਹਰਪ੍ਰੀਤ ਸਿੰਘ ਹੈਰੀ ਤੇ ਨਿਤਿਨ ਤੇ ਇੱਕ ਨਿਤਿਨ ਉਹ ਸੀ ਤੇ ਤੀਜਾ ਇੱਕ ਹੋਰ ਸੀ ਉਹਨਾਂ ਦਾ ਸ਼ਾਇਦ ਕੋਈ ਪਤਾ ਨਹੀਂ ਕੌਣ ਹੈ ਉਹਦਾ ਨਾ ਮੈਨੂੰ ਪਤਾ ਨਹੀਂ ਹੈਗਾ ਇਹ ਦੋ ਤਾਂ ਹੈਗੇ ਜੀ ਇਹਨਾਂ ਦਾ ਪਤਾ ਮੈਨੂੰ ਕਿ ਸਰੇਆਮ ਇੱਕ ਭਾਰਤੀ ਜਨਤਾ ਪਾਰਟੀ ਦੇ ਸਾਡੇ ਮੈਂਬਰ ਪੰਚਾਇਤ ਔਰ ਸਾਡੀ ਪਾਰਟੀ ਦੇ ਬਹੁਤ ਸਿਰਕੱਢ ਆਗੂ ਸੂਬੇਦਾਰ ਮੇਜਰ ਦਿਲਬਾਗ ਸਿੰਘ ਜੀ ਦੇ ਬੇਟੇ ਜਿਨ੍ਹਾਂ ਨੇ ਸੈਨਾ ਵਿੱਚ ਵੀ ਦੇਸ਼ ਦੀ ਸੇਵਾ ਕੀਤੀ ਔਰ ਪਿੰਡ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੇ ਆ ਸੇਵਾ ਕਰਨ ਦੇ ਉਹਨਾਂ ਦੇ ਬੇਟੇ ਦੇ ਨਾਲ ਕਾਂਗਰਸ ਦੇ ਨੇਤਾਵਾਂ ਦੇ ਹੁਣ ਮੌਜੂਦਾ ਜਿਹੜੀ ਸਰਕਾਰ ਹੈ ਉਸਦੇ ਜਿਹੜੇ ਇੱਥੇ ਨੁਮਾਇੰਦੇ ਹੈ ਸਪੀਕਰ ਸਾਹਿਬ ਉਹਨਾਂ ਦੀ ਰਹਿਨੁਮਾਈ 'ਚ ਜਿਹੜੇ ਲੋਕ ਅਵੈਧ ਕੰਮ ਕਰਦੇ ਹੈ ਉਹਨਾਂ ਨੇ ਗੋਲੀ ਚਲਾਈ ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਕਿਸੇ ਦੀ ਸ਼ਹਿ ਤੋਂ ਬਿਨਾਂ ਕਿਸੇ ਵਿਅਕਤੀ ਦੀ ਇੱਥੇ ਜ਼ਰੂਰਤ ਨਹੀਂ ਸੀਗੀ ਕਿ ਇੱਦਾਂ ਦੇ ਟਾਈਮ ਵਿੱਚ ਦਿਨ ਦਹਾੜੇ ਗੋਲੀ ਮਾਰ ਦਿੱਤੀ ਜਾਵੇ ਸਾਡਾ ਇਲਾਕਾ ਬੜਾ ਸ਼ਾਂਤ ਪ੍ਰਿਯ ਇਲਾਕਾ ਹੈ ਇਹ ਅਸੀਂ ਪੰਜਾਬ ਦਾ ਸਭ ਤੋਂ ਸ਼ਾਂਤੀ ਵਾਲਾ ਇਲਾਕਾ ਮੰਨਦੇ ਹਾਂ ਔਰ ਲੋਕ ਨੰਗਲ ਨੂੰ ਸ਼ਾਂਤੀ 'ਚ ਰਹਿਣ ਵਾਸਤੇ ਪਸੰਦ ਕਰਦੇ ਹੈ ਔਰ ਅੱਜ ਨੰਗਲ ਦੇ ਵਿੱਚ ਇਹ ਘਟਨਾ ਰਾਣਾ ਕੇਪੀ ਦੀ ਸ਼ਹਿ 'ਤੇ ਹੋਈ ਹੈ ਔਰ ਪੁਲਿਸ ਤੰਤਰ ਜਿਹੜੀ ਹੈ ਉਹ ਇੱਕ ਕਾਂਗਰਸ ਦੇ ਕਰਿੰਦੇ ਦੀ ਤਰ੍ਹਾਂ ਵਰਕਰ ਦੀ ਤਰ੍ਹਾਂ ਕੰਮ ਕਰ ਰਹੀ ਹੈ ਅਗਰ ਪੁਲਿਸ ਚਾਹਵੇ ਤਾਂ ਕਿਆ ਗ੍ਰਿਫਤਾਰ ਨਹੀਂ ਸੀ ਕੀਤਾ ਜਾ ਸਕਦਾ ਪਰ ਮੈਂ ਇਹ ਇਲਜ਼ਾਮ ਲਗਾਉਣਾ ਕਿ ਮੌਕੇ ਦੀ ਸਰਕਾਰ ਦਾ ਇਹਦੇ ਵਿੱਚ ਹੱਥ ਹੈ ਔਰ ਉਹਨਾਂ ਲੋਕਾਂ ਨੂੰ ਲੁਕੋਇਆ ਗਿਆ ਅਸੀਂ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਅਗਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਅਸੀਂ ਸੜਕ ਜਾਮ ਕਰਾਂਗੇ ਜਿਹੜਾ ਕ੍ਰਾਈਮ ਦਾ ਗ੍ਰਾਫ ਹੈ ਕਿੱਥੇ ਜਾ ਰਿਹਾ ਜੀ ਅਤੇ ਇਲਾਕੇ ਵਿੱਚ ਹੋਰ ਵੀ ਇਸ ਤਰ੍ਹਾਂ ਦੀ ਘਟਨਾਵਾਂ ਦੇਖਣ ਨੂੰ ਮਿਲਦੀਆਂ ਪਹਿਲੇ ਵੀ ਇੱਥੇ ਇੱਕ ਔਰਤ ਦੀ ਮੌਤ ਹੋਈ ਉਹ ਵੀ ਦਬਾ ਦਿੱਤੀ ਗਈ ਇੱਥੇ ਪਹਿਲੇ ਚੁਣਾਵ ਤੋਂ ਜਦੋਂ ਸਰਪੰਚੀ ਦਾ ਚੁਣਾਵ ਸੀ ਤਲਵਾਰਾਂ ਚੱਲੀਆਂ ਪੁਲਿਸ ਨੂੰ ਤਲਵਾਰਾਂ ਵੀ ਮੁਹੱਈਆ ਕੀਤੀਆਂ ਗਈਆਂ ਛੁਰਾ ਵੀ ਮੁਹੱਈਆ ਕਰਾਇਆ ਗਿਆ ਪਰ ਸਾਰੀ ਗੱਲ ਨੂੰ ਦੱਬ ਦਿੱਤਾ ਗਿਆ ਦੁੱਖਦਾਇਕ ਘਟਨਾ ਕਿ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੋਵੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਸਾਡੇ ਮੇਜਰ ਦਿਲਬਾਗ ਰਾਏ ਜੀ ਉਹਨਾਂ ਦਾ ਬੇਟਾ ਅਨਿਲ ਕੁਮਾਰ ਸਾਡੇ ਪੰਚਾਇਤ ਦੇ ਇੱਥੋਂ ਮੈਂਬਰ ਸੀ ਭਾਰਤੀ ਜਨਤਾ ਪਾਰਟੀ ਦੇ ਕਰਮਠ ਕਾਰਿਆਕਰਤਾ ਅੱਜ ਬਹੁਤ ਦੁਖੀ ਹੈ ਮਨ ਕਿ ਤਕਰੀਬਨ 3 ਦਿਨ ਪਹਿਲਾਂ ਉਹਨਾਂ 'ਤੇ ਗੋਲੀ ਨਾਲ ਵਾਰ ਕੀਤਾ ਗਿਆ ਉਹਨਾਂ 'ਤੇ ਗੋਲੀ ਲੱਗੀ ਅੱਜ PGI ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਭਾਰਤੀ ਜਨਤਾ ਪਾਰਟੀ ਇਹ ਜਿਹੜੀ ਦੁੱਖ ਦੀ ਘੜੀ ਹੈ ਇਹਦੇ ਵਿੱਚ ਪ੍ਰੈਸ ਦੇ ਰਾਹੀਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਸਾਡਾ ਜੋ ਇਲਾਕਾ ਇਹ ਨੰਗਲ ਦਾ ਅਨੰਦਪੁਰ ਸਾਹਿਬ ਦਾ ਕਦੇ ਵੀ ਇੱਥੇ ਇਹੋ ਜਿਹੀਆਂ ਘਟਨਾ ਨਹੀਂ ਹੋ ਰਹੀਆਂ ਸੀ ਜਿਹੜੀਆਂ ਕਿ ਕਾਂਗਰਸ ਪਾਰਟੀ ਦੇ ਸਮੇਂ 'ਚ ਕਾਂਗਰਸ ਪਾਰਟੀ ਦੇ ਜੋ ਇੱਥੋਂ ਵਿਧਾਇਕ ਹੈ ਉਹਨਾਂ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਕਾਂਗਰਸ ਪਾਰਟੀ ਦੇ ਕਾਰਿਆਕਰਤਾ ਵਾਂਗ ਕੰਮ ਕਰ ਰਿਹਾ ਚਾਹੇ ਗੱਲ ਗੋਲੀ ਚੱਲੀ ਰੇਲਵੇ ਰੋਡ ਇਸ ਤੋਂ ਪਹਿਲਾਂ ਕਤਲ ਹੋਇਆ ਨੰਗਲ ਨਿੱਕੂ ਦੇ ਵਿੱਚ ਇੱਕ ਔਰਤ ਦਾ ਜਿਸ ਵਕਤ ਇੱਥੇ ਸਰਪੰਚੀ ਦਾ ਇਲੈਕਸ਼ਨ ਹੋਇਆ ਦਿਲਬਾਗ ਰਾਜ ਜੀ ਦੇ ਬੜੇ ਬੇਟੇ 'ਤੇ ਤਲਵਾਰਾਂ ਦੇ ਨਾਲ ਹਮਲਾ ਹੋਇਆ ਹੁਣ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦੀ ਅਤੇ ਪਾਰਟੀ ਦੀ ਸੇਵਾ ਕਰਦੇ ਕਰਦੇ
वो शहीद होए भारतीय जनता पार्टी प्रशासन नूं प्रेस राही ये गल कहिंदे कि तुसी सानू इंसाफ दिओ जिन्हां ने ये कतल किया उन्हां नूं जल्दी सलाखां दे पिछे करो नहीं तो भारतीय जनता पार्टी सड़कां जाम करेगी धरने देगी प्रशासन तो खिलाफ असी रहांगे जब तक साडी पार्टी नूं और साडे इस परिवार नूं इंसाफ नहीं मिलता जब तक असी टिके बिल्कुल नहीं बैठांगे। मैं प्रेस राही भारतीय जनता पार्टी के हर कार्यकर्ता नूं ये बेनती करदा कि जो इस कांग्रेस पार्टी ने और कांग्रेस पार्टी के इतों के विधायक ने दिशा ते कतल होया ये जड़ा असी किसी कीमत ते बर्दाश्त नहीं करांगे। सारी पार्टी इस परिवार के नाल